ਕੰਡੀਸ਼ਨ ਚ ਆ ਜਾਂਦਾ ਜੀ ਤੇ ਤੁਸੀਂ ਇਹ ਕਿੰਨੇ ਚਾਰ ਬਾਅਦ ਇਹ ਤਿਆਰ ਹੋ ਜਾਂਦਾ ਜੀ ਫਟੂਨੇ ਇਹ ਮੇਰੇ ਖਲ 45 ਦਿਨ ਚ ਹੋਇਆ ਐਦੋਂ ਬਾਅਦ ਇਹਨੇ ਮਤਲਬ ਕਿ 45 ਇਹ ਕਿੰਨਾ ਕੁ ਮਤਲਬ ਕਿ ਖੰਬੇ ਦਾ ਹੈ ਖਰਚਾ ਖਰਚਾ ਆ ਗਿਆ ਤੁਹਾਡਾ ਜੀ ਅੱਜ ਤੋਂ 3 ਸਾਲ ਪਹਿਲਾਂ ਜੀ 700 ਰੁਪਿਆ ਇਹਦਾ ਇੱਕ ਪਰਪੋਲ ਆਇਆ ਸੀ ਖਾਦ ਨੂੰ ਕੀ ਪਾਉਣੇ ਚਾਹਣੇ ਆਪਾਂ ਜ਼ਿਆਦਾ ਇਹ ਨੂੰ ਕੀ ਮੰਗਣਾ ਆਰਗੈਨਿਕ ਟਾਈਪ ਦੀ ਖਾਦ ਪੈਂਦੀ ਇਹਨੂੰ ਖਾਸ ਕਰਕੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਆਏ ਆ ਪਿੰਡ ਕੁਵਾਰ ਵਾਲੇ ਦੇ ਅਗਾਹ ਵਧੂ ਕਿਸਾਨ ਆ ਸਰਦਾਰ ਕ੍ਰਿਸ਼ਨ ਸਿੰਘ ਸਰਪੰਚ ਜਿਨ੍ਹਾਂ ਦੇ ਆਪਾਂ ਖੇਤ ਆ ਅੱਜ ਆਪਾਂ ਆਏ ਆ ਤੇ ਉਹਨਾਂ ਨੇ ਡ੍ਰੈਗਨ ਦੀ ਤੇ ਆਪਣੇ ਅਮਰੂਦ ਤਾਲੀਵਾਨ ਦੀ ਪਿੰਕ ਦੀ ਵੱਡੇ ਪੱਧਰ ਤੇ ਖੇਤੀ ਕੀਤੀ ਆ ਤੇ ਤੁਹਾਨੂੰ ਅੱਜ ਉਹਨਾਂ ਨਾਲ ਮਿਲਾਉਨੇ ਆ ਜੀ ਤੇ ਜਾਣਕਾਰੀ ਲੈਣੇ ਆਂ ਡਰੈਂਗਣ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕੀ ਹਾਲ ਹੈ ਠੀਕ ਹੈ ਠੀਕ ਹੈ ਹਾਂ ਜੀ ਬਾਈ ਜੀ ਆਪਣਾ ਤੁਸੀਂ ਦੱਸੋ ਵੀ ਪਿੰਡ ਤੇ ਆਪਣਾ ਆਪਣਾ ਪਿੰਡ ਘਵਾਰ ਵਾਲਾ ਸਾਬਕਾ ਸਰਪੰਚ ਕਿਸ਼ਨ ਸਿੰਘ ਆ ਮੈਂ ਤੇ ਮੇਰੇ ਬ੍ਰਦਰ ਸਲਾਰਾਤ ਮਾਸਾ ਸਿੰਘ ਐਸਡੀਓ ਸਾਹਿਬ ਸਾਬਕਾ ਰਿਟਾਇਰ ਹੋਇਆ ਅਸੀਂ ਦੋਵੇਂ ਰਲ ਕੇ ਖੇਤੀ ਕਰਦੇ ਹਾਂ ਹਾਂ ਜਣ ਵਗੈਰਾ ਫਰੂਟ ਵਗੈਰਾ ਦੀ ਦੋਸਤੋ ਆਪਾਂ ਪਹਿਲਾਂ ਡਰੈਗਨ ਬਾਰੇ ਸਰਪੰਚ ਸਾਹਿਬ ਤੋਂ ਲੈ ਲਈਏ ਜਾਣਕਾਰੀ ਵੀ ਇਹ ਕਿੰਨੇ ਚਿਰ ਦਾ ਹੋ ਚੁੱਕਾ ਜੀ ਤੇ ਕਿੰਨੀ ਇਹਦੇ ਚੋਂ ਪ੍ਰਾਪਰਟੀ ਤੇ ਕਿੱਥੋਂ ਤੁਸੀਂ ਇਹ ਬੂਟੇ ਵਗੈਰਾ ਲਏ ਆ ਜੀ ਇਹ ਤੀਜਾ ਸਾਲ ਲੱਗ ਗਿਆ ਜੀ ਹੁਣ ਠੀਕ ਹੈ ਜੀ ਸਹੀ ਆਮ ਕਹਿ ਦਿੰਦੇ ਆ ਵੀਡੀਓ ਤੇ ਵੀ 6 ਮਹੀਨਾ ਚ ਫਲ ਲਿਆਉਂਦਾ ਨਹੀਂ ਲਿਆਉਂਦਾ ਜੀ ਅੱਛਾ ਜੀ ਸਾਡੇ ਕੋਲੇ ਫਲ 1 ਸਾਲ ਤੋਂ ਲੈਂਦਾ ਇਹਨੇ ਠੀਕ ਹੈ ਜੀ ਤੇ ਸਹੀ ਫਰੂਟਿੰਗ ਜਿਹੜੀ ਇੱਕਤੀ ਬਣੀ ਹੈ ਇਹਦੀ ਠੀਕ ਹੈ ਜੀ ਪਹਿਲਾਂ ਬਹੁਤ ਘੱਟ ਸੀ ਠੀਕ ਹੈ ਜੀ ਫਰੂਟ ਆਇਆ ਜਰੂਰ ਹੈ ਪਰ ਘੱਟ ਸੀ ਠੀਕ ਹੈ ਇੱਕ ਤੀ ਵੱਡੇ ਬੱਦਰ ਤੇ ਆਇਆ ਇਹ ਕਿਹੜੀ ਵੈਰਾਈਟੀ ਆ ਜੀ ਇਹ ਹਾਂਜੀ ਇਹ ਕਿਹੜਾ ਕਲਰ ਆ ਜੀ ਇਹ ਇਹਨੂੰ ਲਾਲ ਕਹਿੰਦੇ ਆ ਲਾਲ ਟ੍ਰਿਕ ਨਾ ਗੁਲਾਬੀ ਪਿੰਕ ਪਿੰਕ ਜੀ ਪਿੰਕ ਕਹਿੰਦੇ ਤੇ ਇਹ ਤੁਸੀਂ ਫਿਰ ਬੂਟੇ ਕਿੱਥੋਂ ਲੈ ਆਏ ਇਹ ਅਸੀਂ ਹਰਨਪੁਰ ਤੋਂ ਲੈ ਕੇ ਆਏ ਹਰਨਪੁਰ ਹਾਂ ਠੀਕ ਹੈ ਜੀ ਤੇ ਕਿੰਨੀ ਕੁ ਪ੍ਰੋਪਰਟੀ ਤੁਹਾਡੀ ਮਤਲਬ ਇਹਦੇ ਚੋਂ ਕਿੰਨਾ ਕੁ ਫਲ ਫੁੱਲ ਤੁਸੀਂ ਤੋੜ ਚੁੱਕੇ ਆ ਜੀ ਹੁਣ ਅ ਪਰ ਵਧੀਆ ਪੱਦਰ ਤੇ ਤੋੜਿਆ ਸੀ ਪਰ ਇਹ ਇੱਕੀ ਅਸਲ ਤਾਂ ਇੱਕੀ ਹੈ ਤੀਜੇ ਸਾਲ ਚ ਇਹਦਾ ਜਿਹੜਾ ਫਰੂਟ ਆਉਣਾ ਠੀਕ ਹੈ ਇਹ ਤੋਂ ਪਹਿਲਾਂ ਤਾਂ ਮੇਰਾ ਖਿਆਲ ਸਾਨੂੰ 1 ਕਵੈਂਟਲ ਦਾ ਲਿਆ ਸੀਗਾ ਸਰ ਉਹਦਾ ਤੇ ਚੰਗੀ ਸੇਲ ਆ ਹੋ ਜਾਂਦੀ ਹੈ ਪਹਿਲੀ ਵਾਰੀ ਲਿਆ ਸੀਗਾ 40 45 ਕਿਲੋ ਠੀਕ ਹੈ ਜੀ ਤੇ ਦੂਜੇ ਸਾਲ ਲਿਆ ਸੀ 1 ਕਵੈਂਟਲ ਦਾ ਠੀਕ ਹੈ ਜੀ ਤੇ 300 ਰੁਪਏ ਕਿਲੋ ਵਿਕ ਹੈ ਜੀ 300 ਰੁਪਏ ਕਿਲੋ ਪੂਰੀ ਮਤਲਬ ਕਿ ਕੋਈ ਦਿੱਕਤ ਤਾਂ ਨਹੀਂ ਵੇਚਣ ਦੇ ਨਾ ਨਹੀਂ ਨਹੀਂ ਲੁਕੋ ਕੇ ਰੱਖਣਾ ਪੈਂਦਾ ਇਹਦਾ ਖਾਸ ਡਿਮਾਂਡ ਤੇ ਦੇਣਾ ਪੈਂਦਾ ਵੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਠੀਕ ਆ ਜੀ ਠੀਕ ਆ ਹਾਂ ਤੇ ਇਸ ਬੂਟੇ ਦੀ ਕੋਈ ਤੁਸੀਂ ਖਾਦ ਵਗੈਰਾ ਜਾਂ ਕੀ ਕੀ ਇਹਦਾ ਮਤਲਬ ਕਿ ਖਾਦ ਨੂੰ ਕੀ ਪਾਉਣੇ ਚਾਹਣੇ ਆਪਾਂ ਜ਼ਿਆਦਾ ਇਹਨੂੰ ਕੀ ਮੰਗਦੇ ਆ অর্ਗੈਨਿਕ ਟਾਈਪ ਦੀ ਖਾਦ ਪੈਂਦੀ ਇਹਨੂੰ ਖਾਸ ਕਰਕੇ ਠੀਕ ਆ ਜੀ ਤੇ ਜਿਵੇਂ ਜੁਰਗਾ ਵਗੈਰਾ ਨਹੀਂ ਪੈਂਦੀ ਡੀਪੀ ਨਹੀਂ ਪੈਂਦੀ ਠੀਕ ਆ ਜੀ ਇਹਨੂੰ ਸਲਫਰ ਫਾਸਫੇਟ ਪਾਓ ਠੀਕ ਹੈ ਜੀ ਜਾਂ ਵਰਮਿਕ ਪੋਸ਼ਟ ਪਾਓ ਠੀਕ ਹੈ ਜੀ ਗਲੀ ਸੜੀ ਜਿਹੜੀ ਅਰੂੜੀ ਹੈ ਠੀਕ ਹੈ ਜੀ 4-5 ਸਾਲ ਪੁਰਾਣੀ ਠੀਕ ਹੈ ਜੀ ਮਤਲਬ ਉਹ ਗਰਮ ਨਾ ਹੋਵੇ ਠੀਕ ਹੈ ਜੀ ਉਹਨੂੰ ਲਾਓ ਤੇ ਗੈਸ ਨਿਕਲੀ ਹੋਵੇ ਗੈਸ ਨਿਕਲੀ ਹੋਵੇ ਉਹ ਤੁਸੀਂ ਪਾ ਸਕਦੇ ਹੋ ਤੇ ਇੱਕ ਇਹਨੂੰ ਪਾਣੀ ਤੋਂ ਥੋੜਾ ਜਿਹਾ ਬਚਾ ਕੇ ਰੱਖਣਾ ਪਏ ਪਾਣੀ ਕਟ ਮੰਗਦਾ ਹੀ ਹੈ ਕਟ ਮੰਗਦਾ ਸਲਾਬ ਨਾ ਦਿੰਦਾ ਸਿਰਫ ਸਿਰਫ ਸੱਲ ਚਾਹੀਦੀ ਹੈ ਸੱਲ ਚਾਹੀਦੀ ਹੈ ਤੇ ਇਹ ਜਿਵੇਂ ਜੀ ਆ ਹੁਣ ਮਤਲਬ ਇਹਨੂੰ ਇੰਨੀਆਂ ਹਲੜੀਆਂ ਲੱਗੀਆਂ ਬਸ ਇੱਕ ਫਰੂਟ ਪੂਰਾ ਜੋਬਨ ਤੇ ਇਹਨੂੰ ਠੀਕ ਹੈ ਇਹ ਸਾਰੇ ਸਾਰਾ ਫਰੂਟ ਬਣ ਜੂਗਾ ਹਾਂ ਬਣ ਜੂਗਾ ਬਣ ਠੀਕ ਹੈ ਠੀਕ ਹੈ ਤੇ ਜਿਵੇਂ ਆ ਹੁਣ ਇੱਥੋਂ ਸਮਝ ਲਓ ਜਿਵੇਂ ਆ ਟਾਣੀ ਕਰੈਕ ਹੋਣ ਵਾਲੀ ਆ ਇਹਨੂੰ ਤੁਸੀਂ ਫਿਰ ਕਟਿੰਗ ਕਰਦੇ ਹੋਗੇ ਕਟਿੰਗ ਕਰਕੇ ਇਹਨੂੰ ਬੂਟਾ ਬਣਾ ਦਾਂਗੇ ਅੱਗੇ ਕਰਮ ਲਾ ਦਾਂਗੇ ਨਵੀਂ ਮਤਲਬ ਇਹਦੀ ਅਛਾ ਇਹਦੇ ਚੋਂ ਕਲਮ ਬਣਦੀ ਹਾਂ ਕਲਮ ਬਣ ਜਾਂਦੀ ਠੀਕ ਹੈ ਇਸ ਤਰ੍ਹਾਂ ਕਲਮ ਬਣ ਜਾਂਦੀ ਇਹ ਵਾਹ ਇਸ ਤੋਂ ਪਹਿਲਾਂ ਅਸੀਂ ਤਿਆਰ ਨਹੀਂ ਕੀਤੇ ਕਿਉਂਕਿ ਇਹ ਨਾ 2 ਸਾਲ ਤੱਕ ਤਿਆਰ ਨਹੀਂ ਹੁੰਦਾ ਕਲਮ ਦੇਣ ਦੇ ਠੀਕ ਹੈ 2 ਸਾਲ ਬਾਅਦ ਹੀ ਕਲਮ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਗਰੋਥ ਸਹੀ ਹੋਵੇ ਫਰੂਟ ਚੰਗਾ ਆਵੇ ਠੀਕ ਹੈ ਜੀ ਠੀਕ ਹੈ ਤੇ ਇਹ ਕਿੰਨੇ ਆਮ ਲੋਕ ਲਾ ਕੇ ਤੇ ਪਹਿਲੇ ਸਾਲ ਹੀ ਕਾਟਣ ਕਰਨ ਜਾਂਦੇ ਆ ਹਾਂਜੀ ਹਾਂਜੀ ਤੇ ਕਲਮਾ ਬਣਾ ਦਿੰਦੇ ਉਹ ਕੰਮਚਾਬ ਨਹੀਂ ਵੈਸੇ ਠੀਕ ਹੈ ਜੀ ਉਹ ਧੋਖਾ ਲੋਕਾਂ ਨਾਲ ਜਿਹਨੂੰ ਦਿਆਂਗੇ ਹਾਂਜੀ ਹਾਂਜੀ ਉਹ ਠੀਕ ਨਹੀਂ ਤੇ ਤੁਸੀਂ ਇਹ ਬੂਟਿਆਂ ਦੀ ਨਰਸਰੀ ਵੀ ਬਣਾਉਣੀ ਹੈ ਕਿ ਹਾਂ ਨਰਸਰੀ ਹੁਣ ਬਣਾਉਣ ਲੱਗਾ ਹੈ 3 ਤੀਜਾ ਸਾਲ ਹੋਇਆ ਨਾ ਹੁਣ ਬਣਾਵਾਂਗੇ ਅੱਛਾ ਅੱਗੇ ਤੁਸੀਂ ਬੂਟੇ ਤਿਆਰ ਕਰਕੇ ਦਿਓਂਗਾ ਹਾਂ ਇੱਕ ਹੀ ਦੇਵਾਂਗੇ ਇਸ ਤੋਂ ਪਹਿਲਾਂ ਨਹੀਂ ਦਿੰਦੇ ਸੀ ਕਿਉਂਕਿ ਸਹੀ ਹੈ ਜਿਹੜਾ ਇਹਦਾ 3 ਸਾਲ ਦਾ ਪੇੜ ਹੈ ਠੀਕ ਹੈ ਜੀ 3 ਸਾਲ ਬਾਅਦ ਆਪਾਂ ਮਤਲਬ ਕਿ ਬੂਟਾਗਾ ਤਿਆਰ ਕਰ ਸਕਦੇ ਤਿਆਰ ਕਰ ਸਕਦੇ ਠੀਕ ਹੈ ਜੀ ਤਿਆਰ ਪਹਿਲਾਂ ਵੀ ਹੋ ਜਾਣਾ ਹੈ ਅੱਛਾ ਜੀ ਪਰ ਉਹ ਗਰੋਥ ਨਹੀਂ ਕਰਦਾ ਸਹੀ ਫਲ ਨਹੀਂ ਆਉਣਾ ਉਹਨੂੰ ਫਰੂਟਿੰਗ ਨਹੀਂ ਹੋਣੀ ਉਹਦੀ ਠੀਕ ਹੈ ਜੀ ਠੀਕ ਇਸ ਕਰਕੇ ਜਿਹੜਾ ਸੱਜਣ ਲਾਊਗਾ ਉਹਦੇ ਨਾਲ ਬੇਈਮਾਨੀ ਹੈ ਜੇ ਆਪਾਂ ਪਹਿਲਾਂ ਕਰਕੇ ਤਿਆਰ ਦਿਆਂਗੇ ਅੱਛਾ ਜੀ ਇਹਨੂੰ ਸਹੀ ਸਮਾਂ ਇਹ ਹੀ ਆ ਵੀ ਆਪਾਂ 3 ਸਾਲ ਤੋਂ ਬਾਅਦ ਇਹਨੂੰ 3 ਸਾਲ ਤੋਂ ਬਾਅਦ ਕਲ ਮਲਾਜੇ ਦੀ ਠੀਕ ਹੈ ਜੀ ਤੇ ਇਹ ਕਿੰਨਾ ਕੁ ਮਤਲਬ ਕਿ ਖੰਬੇ ਦਾ ਇਹ ਖਰਚਾ ਖਰਚਾ ਆ ਗਿਆ ਤੁਹਾਡਾ ਹੀ ਅੱਜ ਤੋਂ 3 ਸਾਲ ਪਹਿਲਾਂ ਜੀ 700 ਰੁਪਿਆ ਇਹਦਾ ਇੱਕ ਪਰਪੋਲ ਆਇਆ ਸੀ ਕਿਉਂਕਿ ਇਹਦੇ ਵਿੱਚ ਅਸੀਂ ਬੀਮ ਬਣਾ ਕੇ ਪਾਇਆ ਵੇ ਟੁੱਟਦਾ ਨਹੀਂ ਤੇ ਇਹ ਆ ਜਿਹੜਾ ਤੁਸੀਂ ਉੱਪਰ ਆਹ ਚੱਕਰ ਜਹਾ ਬਣਾਇਆ ਇਹ ਵੀ ਫਿਰ ਆਪ ਹੀ ਬਣਾਇਆ ਇਹ ਆਪ ਹੀ ਬਣਾਇਆ ਠੀਕ ਹੈ ਜੀ ਇਹ ਇਹਦੇ ਵਿੱਚ ਕੀ ਮਤਲਬ ਲੱਗਿਆ 200 ਰੁਪਏ ਖਰਚਾ ਇਹਦਾ 200 ਰੁਪਿਆ ਖਰਚਾ ਸੀ 700 ਰੁਪਿਆ ਦਾ 900 ਚੱਕ ਪੋਲ ਪਿਆ ਨੱਕ ਪੋਲ ਪੈ ਗਿਆ ਠੀਕ ਹੈ ਜੀ ਤੇ ਦੋਸਤੋ ਤੁਸੀਂ ਦੇਖੋ ਜੀ ਕਿੰਨੇ ਵਧੀਆ ਬੂਟੇ ਕਿੰਨੇ ਵਧੀਆ ਇਹ ਇਹਨਾਂ ਨੇ ਸੈਟਿੰਗ ਕਰਕੇ ਇਹ ਆਪਦਾ ਬਣਾਇਆ ਹੋਇਆ ਜੀ ਤੇ ਕਿੰਨੇ ਵਧੀਆ ਫਰੂਟ ਹੈ ਤਕੀ 3 ਸਾਲ ਦਾ ਹੋ ਗਿਆ ਇਹ ਇਹ ਬਹੁਤ ਵਧੀਆ ਫਰੂਟ ਬਾਕੀ ਇਹ 45 ਡਿਗਰੀ ਤੱਕ ਗਰਮੀ ਜਿਹੜਾ ਸੈਂਡ ਕਰ ਜਾਂਦਾ ਠੀਕ ਹੁਣ ਅਸੀਂ ਅਮਰੂਦ ਲਾਏ ਤਾਂ ਕਿ ਇਹਦੀ ਮਤਲਬ ਇਹਦੇ ਵਿੱਚ ਮਤਲਬ ਕਿ ਛਾਂ ਰਵੇ ਛਾਂ ਰਵੇ ਟੈਂਪਰੇਚਰ ਵੱਧ ਨਹੀਂ ਭਾਲਦਾ ਇਹ ਨਹੀਂ 45 ਤੋਂ 45 ਤੋਂ ਉੱਪਰ ਨੁਕਸਾਨ ਹੈ ਨੁਕਸਾਨ ਹੈ ਠੀਕ ਹੈ ਤੇ ਫਿਰ ਉੱਤੇ ਨੈਟ ਵਗੈਰਾ ਨੈਟ ਜਿਹੜਾ ਅਸੀਂ ਪਹਿਲੇ ਸਾਲ ਪਾਇਆ ਸੀ ਪਰ ਕੋਈ ਲੋੜ ਨਹੀਂ ਵੈਸੇ ਕੰਮ ਜਾਵੇ ਹੁਣ ਇਹ ਅਬੂਟੇ ਲਾਦੇ ਇਹਦੀ ਛਾਂ ਰਿਆ ਕਰ ਤੇ ਕੋਈ ਹੋਰ ਜਾਨਵਰ ਵਗੈਰਾ ਕੋਈ ਨੁਕਸਾਨ ਦੇ ਨਹੀਂ ਕੋਈ ਨੁਕਸਾਨ ਨਹੀਂ ਸਿਰਫ ਇਹਨੂੰ ਜਿਹੜੀ ਹੈ ਨਾ ਰੈਡੋ ਮੈਲ ਸिजੈਂਟਾ ਦੀ ਠੀਕ ਹੈ ਜੀ ਉਹਦੀ ਸਪਰੇ ਖਾਸ ਕਰਕੇ ਜਾਂ ਸਜੀਵ ਨਹੀਂ ਆਉਂਦੀ ਹੈ ਹਾਂਜੀ ਹਾਂਜੀ ਉਹ ਪਾਣੀ ਚਾਹੀਦੀ ਹੈ ਜੜਾਂ ਚ ਜੜਾਂ ਮਤਲਬ ਕਿ ਇਹਦੇ ਨਾਲ ਮਜ਼ਬੂਤ ਰਹਿੰਦੇ ਨੇ ਇਹਦੀ ਰੈਡੋ ਮੈਲ ਤਾਂ ਬਹੁਤ ਵਧੀਆ ਚੀਜ਼ ਹੈ ਰੈਡੋ ਮੈਲ ਫੰਗਸ ਤੋਂ ਹਾਂ ਜਿਆਦਾ ਪਾਣੀ ਨਾ ਲਾਓ ਇਹਨੂੰ ਠੀਕ ਹੈ ਜੀ ਤੇ ਆਜੋ ਦੋਸਤੋ ਤੁਹਾਨੂੰ ਦਿਖਾਉਨੇ ਆ ਵੀ ਆਪਣਾ ਤਕਰੀਬਨ ਕੋਈ ਕਿੰਨਾ ਬੂਟਾ ਲੱਗਾ ਵਈ ਇਹ ਆਪਣੇ ਡ੍ਰੈਂਗਲ ਦਾ ਸਾਰਾ ਟੋਟਲ ਇਹ 200 ਬੂਟਾ ਸੀ ਲਾਇਆ ਸੀ ਪਹਿਲਾਂ ਮੁੜ ਕੇ ਬਾਅਦ ਵਿੱਚ ਵਧਾਤਾ ਸੀ ਠੀਕ ਆ ਜੀ ਹਾਂ 200 ਤੋਂ ਸ਼ੁਰੂਆਤ ਕੀਤੀ ਸੀ ਤੇ ਜਦੋਂ ਇਹ ਇਸ ਕੰਡੀਸ਼ਨ ਚ ਆ ਜਾਂਦਾ ਜੀ ਤੇ ਤੁਸੀਂ ਇਹ ਕਿੰਨੇ ਚਿਰ ਬਾਅਦ ਇਹ ਤਿਆਰ ਹੋ ਜਾਂਦਾ ਜੀ ਫਟੂਨੇ ਇਹ ਮੇਰੇ ਖਰ 45 ਦਿਨ ਚ ਹੋਇਆ ਏਦੋਂ ਬਾਅਦ ਇਹਨੇ ਮਤਲਬ ਕਿ 45 ਦਿਨ ਲੈਣੇ ਹਾਂ ਤੇ ਤੁਹਾਨੂੰ ਇਹ ਪੂਰਾ ਰੈਡੀ ਮਿਲੂਗਾ ਰੈਡੀ ਮਿਲੂਗਾ ਠੀਕ ਆ ਜੀ ਤੇ ਆਜੋ ਦੋਸਤੋ ਜਦੋਂ ਡੋਡੀ ਜੀ ਬਣ ਗਈ ਨਾ ਠੀਕ ਹੈ ਜੀ ਅੱਜ ਮੈਂ ਆਇਆ ਇਹ 45 ਦਿਨ ਦਾ ਟਾਈਮ ਲੈਂਦਾ ਜੀ ਦਾ ਇਦੋਂ ਗਾ 45 ਦਿਨ ਲੈਣੇ ਨੇ ਹਾਂ ਠੀਕ ਹੈ ਜੀ ਇਹ ਸਾਰੀ ਇੱਕੋ ਵੈਰਾਈਟੀ ਹੈ ਜੀ ਇੱਕੋ ਵੈਰਾਈਟੀ ਹੈ ਕਿ ਹੋਰ ਕਲਰ ਚ ਵੀ ਹੈਗਾ ਨਹੀਂ ਨਹੀਂ ਇੱਕ ਵਾਈਟ ਕਲਰ ਵੀ ਹੈ ਵਾਈਟ ਨਾ ਸਾਡੇ ਆਪ ਦਾ ਮਨ ਪਸੰਦ ਨਹੀਂ ਸਾਨੂੰ ਠੀਕ ਹੈ ਜੀ ਇਸ ਕਰਕੇ ਅਸੀਂ ਲਾਇਆ ਹੀ ਪਿੰਕ ਹੈ ਸਾਰਾ ਪਿੰਕ ਹੀ ਲੱਗਾ ਹੋਇਆ ਜੀ ਹਾਂ ਪਿੰਕ ਲੱਗਾ ਠੀਕ ਹੈ ਜੀ ਪਿੰਕ ਦੀ ਤਾਂ ਫਿਰ ਡਿਮਾਂਡ ਬਹੁਤ ਜ਼ਿਆਦਾ ਹੈ ਇੱਕ ਨੂੰ ਲੋਕ ਵੀ ਚਾਹੁੰਦੇ ਆ ਸੁਆਦ ਵੀ ਹੈ ਕਲਰ ਵੀ ਵਧ ਗਏ ਦਾ ਠੀਕ ਆ ਜੀ ਤੇ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਕਿਲਾ ਪੌਣਾ ਕਿ ਕਿਲਾ ਹੋਊਗਾ ਜੀ ਇਹ ਨਹੀਂ 2 ਕਨਾਲ ਥਾਂ ਇਹ 2 ਕਨਾਲਾਂ ਹੂੰ 2 ਹੁਣ ਤਾਂ ਵਧ ਗਿਆ ਵੈਸੇ ਆ ਗਿਆ ਹਾਂ ਜਾਮਨ ਸਮੇਤ ਤਾਂ 3 ਕਨਾਲਾਂ ਤੋਂ ਜ਼ਿਆਦਾ ਠੀਕ ਆ ਜੀ ਹੂੰ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਬੂਟੇ ਕਿੰਨੇ ਭਾਰੇ ਆ ਤੇ ਬਹੁਤ ਵਧੀਆ ਵੈਰਾਈ ਇਹਨੂੰ ਰੈੱਡ ਕਲਰ ਵੀ ਕਹਿ ਦਿੰਦੇ ਪਰ ਆਪਾਂ ਜਿਹੜੇ ਪੰਜਾਬੀ ਆ ਇਹਨੂੰ ਪੈਂਕੀ ਕਹਿ ਦਿੰਨੇ ਆ ਠੀਕ ਹੈ ਜੀ ਹਾਂ ਇਹਨੂੰ ਪੈਂਕੀ ਜਿਆਦਾ ਬੋਲ ਕਹਿੰਦੇ ਆ ਬਈ ਜਿਹੜਾ YouTube ਤੇ ਇਹਨੂੰ ਰੈੱਡ ਕਲਰ ਨਾਲ ਜਾਣਿਆ ਜਾਂਦਾ ਹੈ ਰੈੱਡ ਕਲਰ ਨਾਲ ਠੀਕ ਆ ਆਪਾਂ ਫਿਰ ਪੈਂਕ ਕਹਿ ਦਿੰਨੇ ਆ ਆਪਾਂ ਪੈਂਕ ਕਹਿ ਦਿੰਨੇ ਕਿਉਂਕਿ ਇਹਦਾ ਰੰਗ ਅਸਲ ਚ ਪੈਂਕੀ ਆ ਗੁਲਾਬੀ ਆ ਠੀਕ ਆ ਜੀ ਅੰਦਰੋਂ ਵੀ ਜਿਹੜਾ ਇਹ ਜਿਹੜਾ ਇਸ ਤਾਂ ਇਹ ਫੁੱਲ ਖਿੜਦਾ ਹੈ ਬਸ ਇਹ ਫਰੂਟ ਹੈ ਜੀ ਨਹੀਂ ਇਹ ਐਂ ਖਿੜਿਆ ਹੀ ਰਹਿੰਦਾ ਕਿ ਮਰ ਜਾਉਂਦਾ ਵੀ ਨਹੀਂ ਮਰ ਜਾ ਜਾਂਦਾ ਜਿਵੇਂ ਆਹ ਮਰ ਜਾ ਗਿਆ ਠੀਕ ਹੈ ਜੀ ਇਹ ਉਤੋਂ ਮਰ ਜਾ ਜੂਗਾ ਇਹ ਦੂਗਾ ਮਤਲਬ ਇਹ ਤਿਆਰੀ ਹੋਣੀ ਸ਼ੁਰੂ ਹੋ ਗਈ ਜੀ ਬਸ ਤਿਆਰ ਹੋ ਜਾਣਾ ਇਹ ਠੀਕ ਹੈ ਜੀ ਆਪਣੇ ਇੰਨਾ ਹੈ ਵੀ ਜਿਹੜਾ ਬਾਹਰੋਂ ਹੁੰਦਾ ਨਾ ਮਾਰਕੀਟ 'ਚ ਆ ਉਹ 500 ਗ੍ਰਾਮ ਤੱਕ ਹੋ ਜਾਂਦਾ ਹੈ ਅੱਛਾ ਜੀ ਇਹ 300 400 ਗ੍ਰਾਮ ਤੱਕ ਜਾਂਦਾ ਹੈ 250 ਤੋਂ ਲੈ ਕੇ ਠੀਕ ਹੈ ਜੀ ਠੀਕ ਇਹ ਆਪਣੇ ਕੋਈ ਇਹ 1/2 ਕਿਲੋ ਜਾਂ ਜਿਆਦਾ ਇਸੇ ਕਰਕੇ ਤੋਲ ਕੇ ਵੇਖਦਾ ਉਹ ਪਰ ਪੀਸ ਵਗਦਾ ਉਹ ਪਰ ਪੀਸ ਵਗਦਾ ਹਾਂ ਜਿਹੜੇ ਬਾਹਰੋਂ ਆਉਂਦੇ ਨਾ 1/2 ਕਿਲੋ 600 ਗ੍ਰਾਮ ਵਾਲੇ ਹਾਂਜੀ ਉਹ ਪਰ ਪੀਸ ਵਗਦੇ ਇਹ ਅਸੀਂ ਤੋਲ ਕੇ ਵੇਚਦੇ ਰਹੇ ਰੋਟੇ ਮੋਟੇ ਚੱਲ ਜਾਂਦੇ 300 ਰੁਪਏ ਕਿਲੋ ਠੀਕ ਹੈ ਜੀ ਤੇ ਕੋਈ ਹੋਰ ਇਹਦੇ ਇਹਦੇ ਦੀ ਸੰਭ ਸੰਭਾਲ ਜੀ ਕੋਈ ਖਾਸ ਨਹੀਂ ਸਿਰਫ ਫੰਕਸ ਹੈ ਫੰਕਸ ਤੋਂ ਬਚਾ ਲੋ ਇੱਕ ਗਰਮੀ ਆ ਜਿਹੜਾ ਟੈਂਪਰੇਚਰ ਤੋਂ ਟੈਂਪਰੇਚਰ ਹੋ ਆਸੀ ਅਮਰੂਦ ਲਾਤੇ ਬੂਟੇ ਠੀਕ ਸ਼ਾਰਿਆ ਕਰੋ ਇਹਦੇ ਵਿੱਚ ਸ਼ਾਰਾ ਹਾਂ ਤੇ ਨੰਬਰ 2 ਜਿਹੜੀ ਇਹਨੂੰ ਰੈਡੋ ਮੈਲ ਦੀ ਸਪਰੇ ਜ਼ਰੂਰ ਕਰੀ ਰੈਡੋ ਮੈਲ ਕਿਹਨੇ ਕਿੰਨੇ ਚੱਲ ਬਾਅਦ ਰੈਡੋ ਮੈਲ ਦੀ ਸਪਰੇ ਜ਼ਰੂਰੀ ਹੈ ਜੀ ਮੈਨੇ ਚੈੱਕ ਕਰਦਾ ਮਹੀਨੇ ਦੀ ਇੱਕ ਜ਼ਰੂਰੀ ਹੈ ਤੇ ਮੁੱਢਾਂ ਚ ਵੀ ਆਪਾਂ ਪਾ ਸਕਦੇ ਹਾਂ ਹਾਂ ਮੁੱਢਾਂ ਚ ਸਜੀਮਣੀ ਅੱਛਾ ਮੁੱਢਾਂ ਚ ਸਜੀਮਣੀ ਰਿਕਟਰਮਾ ਠੀਕ ਹੈ ਉਹ ਪਾਓ ਠੀਕ ਹੈ ਠੀਕ ਤੇ ਪਾਣੀ ਤੋਂ ਬਚਾ ਕੇ ਰੱਖੋ ਪਾਣੀ ਤੋਂ ਦੂਰ ਰੱਖਣਾ ਪੈਂਦਾ ਠੀਕ ਹੈ ਇਸ ਤੇ ਦੋਸਤੋ ਅੱਜ ਤੁਹਾਨੂੰ ਡ੍ਰੈਗਨ ਬਾਰੇ ਆਪਾਂ ਵੀਡੀਓ ਪਾਈ ਆ ਤੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਜੀ